ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੇ ਸਭ ਨੂੰ ਸੋਚਾਂ ਚ ਪਾਇਆ ਹੋਇਆ ਹੈ। ਵੀਡੀਓ 'ਚ ਇੱਕ ਅਗਿਆਤ ਵਿਅਕਤੀ ਇਸ ਬਜ਼ੁਰਗ ਅਮ੍ਰਿਤਧਾਰੀ ਸਿੱਖ ਦੇ ਗਲੋਂ ਜ਼ਬਰਦਸਤੀ ਸ਼੍ਰੀ ਸਾਹਿਬ ਅਤੇ ਕੜਾ ਉਤਰਵਾ ਰਿਹਾ ਹੈ ਅਤੇ ਇਲਜ਼ਾਮ ਲਗਾ ਰਿਹਾ ਹੈ ਕਿ ਉਸਦੀ ਜੇਬ 'ਚ ਤੰਬਾਕੂ ਦੀ ਪੁੜੀ ਹੈ। ਅਖੇ ਤੰਬਾਕੂ ਦੀ ਪੁੜੀ ਕੱਢ ਜੇਬ 'ਚੋਂ, ਜੇ ਦੁਬਾਰਾ ਸ਼੍ਰੀ ਸਾਹਿਬ ਦੀ ਬੇਅਦਬੀ ਕੀਤੀ ਤਾਂ ਤੇਰੀ ਧੌਣ ਲਾ ਦਿਉ। ਅਤੇ ਇਸ ਧਮਕੀ ਦੇਣ ਵਾਲੇ ਸ਼ਖਸ ਦੇ ਗੁੱਟ 'ਚ ਵੀ ਕੜਾ ਦਿਖ ਰਿਹਾ ਹੈ। ਤੁਸੀਂ ਪਹਿਲਾਂ ਇਹ ਵੀਡੀਓ ਦੇਖੋ, ਫਿਰ ਅੱਗੇ ਵੱਧਦੇ ਹਾਂ। ਆ ਦੇਖੋ ਜੀ, ਆਹ ਸਿੰਘ ਬਣੇ ਹੋਏ ਨਵੇਂ, ਗਾਤਰੇ ਪਾ ਕੇ ਤੰਬਾਕੂ ਮਲਦੇ। ਇਹਨੂੰ ਲਾ ਲਾ ਲਾ, ਇਹਨੂੰ ਲਾ, ਵੀਡੀਓ ਪਾਉਣੀ ਆ, ਨੈੱਟ 'ਤੇ ਪਾਉਣੀ ਆ। ਨਾਲ ਤੰਬਾਕੂ ਦੀ ਪੁੜੀ ਕੱਢ ਜੇ ਉਹਚੋਂ। ਦੁਬਾਰਾ ਇਹਦੀ ਬੇਅਦਬੀ ਹੁਣ ਧੌਣ ਲਾਉਂ ਤੇਰੀ, ਇੱਥੇ ਮੈਂ ਪਿੱਛੇ ਧੌਣ ਲਾਉਂ ਤੇਰੀ ਮੈਂ। ਤੁਸੀਂ ਜਿਹੜਾ ਬੇਅਦਬੀ ਕਰਦੇ ਆ ਗੁਰੂ ਦੀ, ਤੁਹਾਨੂੰ ਤੁਹਾਡੇ ਮਜ਼ਾਕ ਹੀ ਆ ਗੁਰੂ। ਆ ਦੇਖੋ ਜੀ, ਆ ਹੁਸ਼ਿਆਰਪੁਰ ਆ, ਇੱਥੇ ਇਹ ਸਿੰਘ ਸਾਹਿਬ ਬਣੇ ਫਿਰਦੇ, ਗਾਤਰੇ ਪਾ ਕੇ ਤੰਬਾਕੂ ਦੀਆਂ ਪੁੜੀਆਂ ਜੇਬ 'ਚ ਪਾਈ ਫਿਰਦੇ ਆ। ਸ਼ਰੇ ਆਮ ਲੋਕਾਂ ਮੇਰੇ ਸ਼ਰਮ ਨਹੀਂ ਆਉਂਦੀਆਂ ਲੋਕਾਂ ਨੂੰ। ਇਹਨੂੰ ਲਾਹ ਬੰਦੇ ਵਾਂਗੂ ਹੁਣ ਇੱਥੇ ਕੱਪੜੇ ਪਾੜ ਕੇ ਲਾਊ ਹੁਣ ਮੈਂ। ਤੇ ਹੁਣ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਸ ਘਟਨਾ ਦੀ ਸ਼ਿਕਾਇਤ ਵੀਡੀਓ 'ਚ ਦਿਖ ਰਹੇ ਵਿਅਕਤੀ ਪ੍ਰਗਟ ਸਿੰਘ ਨੇ ਪੁਲਿਸ ਨੂੰ ਦਿੱਤੀ। ਅਤੇ ਅਸਲ 'ਚ ਇਹ ਘਟਨਾ ਉਦੋਂ ਦੀ ਹੈ ਜਦੋਂ ਪ੍ਰਗਟ ਸਿੰਘ ਖਾਣਾ ਖਾਣ ਲਈ ਇੱਕ ਰੈਸਟੋਰੈਂਟ 'ਚ ਗਿਆ ਸੀ। ਤੇ ਤੁਸੀਂ ਇਹਨਾਂ ਤਸਵੀਰਾਂ 'ਚ ਪ੍ਰਗਟ ਸਿੰਘ ਨੂੰ ਵੀ ਦੇਖ ਸਕਦੇ ਹੋ। ਤੇ ਉਸਨੇ ਇਸ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਉਹ ਖਾਣਾ ਖਾ ਕੇ ਬਾਹਰ ਨਿਕਲੇ ਤਾਂ ਕੁਝ ਅਗਿਆਤ ਵਿਅਕਤੀਆਂ ਨੇ ਉਹਨਾਂ ਨਾਲ ਬਦਤਮੀਜ਼ੀ ਕੀਤੀ, ਸ਼੍ਰੀ ਸਾਹਿਬ ਲਹਾ ਲਈ, ਕਕਾਰ ਲਹਾ ਲਏ ਤੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਇਸ ਤਰ੍ਹਾਂ ਮੈਂ ਕਿਸੇ ਜ਼ਰੂਰੀ ਕੰਮ ਕਰਨ ਇੱਥੇ ਆਇਆ ਸੀ ਹੁਸ਼ਿਆਰਪੁਰ ਸ਼ਹਿਰ। ਉਹ ਕੰਮ ਕਰਨ ਤੋਂ ਬਾਅਦ ਮੈਂ ਦੁਪਹਿਰ ਦੇ ਟਾਈਮ ਕੁਛ ਖਾਣ ਲਈ ਕੰਦੀ ਪਹਿਲਵਾਨ ਦਾ ਰੈਸਟੋਰੈਂਟ ਆ ਉੱਥੇ ਗਿਆ। ਉਹ ਖਾਣਾ ਖਾਣ ਤੋਂ ਬਾਅਦ ਜਦੋਂ ਮੈਂ ਬਾਹਰ ਆਇਆ ਤਾਂ ਕੋਈ ਅਣਜਾਣ ਵਿਅਕਤੀ ਸੀਗੇ, 4-5 ਉਹਨਾਂ ਦਾ ਗਰੁੱਪ ਸੀਗਾ। ਉਹਨਾਂ ਨੇ ਜ਼ਬਰਦਸਤੀ ਮੈਨੂੰ ਕਿਹਾ ਵੀ ਤੁਸੀਂ ਨਸ਼ਾ ਵਰਤਦਾ ਹੈਗਾ, ਇਸ ਤਰ੍ਹਾਂ ਜੋ ਵੀ ਵੱਧ ਘੱਟ ਬੋਲਿਆ, ਮੈਨੂੰ ਜਾਨੋਂ ਮਰਨ ਦੀ ਧਮਕੀ ਦਿੱਤੀ। ਮੇਰਾ ਸ਼੍ਰੀ ਸਾਹਿਬ ਦੇ ਕੜਾ ਉਹਨੇ ਲਹਾ ਲਿਆ ਜ਼ਬਰਦਸਤੀ। ਕੰਪਲੇਂਟ ਸਰ ਕਰ IG ਜਲੰਧਰ ਸਿੰਘ ਕਰਕੇ ਆਏ ਹਾਂ, IG ਦਫ਼ਤਰ ਜਲੰਧਰ। ਉਸ ਤੋਂ ਬਾਅਦ ਸਿਟੀ ਥਾਣਾ ਹੁਸ਼ਿਆਰਪੁਰ, ਉੱਥੇ ਸਾਡੀ ਐਪਲੀਕੇਸ਼ਨ ਲਿਖ ਕੇ ਦਿੱਤੀ ਹੈ। ਅੱਜ ਅਸੀਂ SSP ਦਫ਼ਤਰ ਹੁਸ਼ਿਆਰਪੁਰ ਆਏ ਹਾਂ ਐਪਲੀਕੇਸ਼ਨ ਦੇਣ ਲਈ। ਦੇਖੋ ਸਰ, ਇਹ ਤਾਂ ਹੁਣ ਇਹਨਾਂ ਦਾ ਹੈਗਾ ਨਾ, ਅਸੀਂ ਤਾਂ ਆਪਣੀ ਕਾਰਵਾਈ ਕਰਨੀ ਆ। ਜੇ ਨਾ ਹੀ ਕਿਸੇ ਪਾਸੇ ਉਹ ਮਤਲਬ ਫਿਰ ਜਿੰਨੀ ਬੇਇੱਜ਼ਤੀ ਹੋਈ ਆ ਮੇਰੀ, ਜਿੰਨੀ ਬੇਇੱਜ਼ਤੀ ਕੀਤੀ ਗਈ ਹੈ, ਉਹਦਾ ਕੋਈ ਮੁੱਲ ਤਾਂ ਮਤਲਬ ਕੋਈ ਨਹੀਂ ਹੈਗਾ। ਨਾ ਲੱਕੀ ਨਾ ਹਜ਼ਾਰੀ ਕਹਿੰਦੇ ਮਿਲਦੀ ਹੈ, ਠੀਕ ਹੈ ਜੀ। ਅਤੇ ਫਿਰ ਮੈਂ ਆਪਣੇ ਆਪ ਨੂੰ ਕੁਛ ਕਰ ਲਊਂਗਾ, ਫਿਰ ਇਹੀ ਹੈ, ਨਾ ਕੋਈ ਮੈਨੂੰ ਸਾਫ਼ ਮਿਲਿਆ ਤਾਂ ਇਹੀ ਹੈ। ਉੱਥੇ ਪੁਲਿਸ ਵੱਲੋਂ ਇਸ ਮਾਮਲੇ 'ਤੇ ਤਫਤੀਸ਼ ਤੋਂ ਬਾਅਦ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ। ਇਸ ਸੰਬੰਧ ਦੇ ਵਿੱਚ ਜਿਹੜੀ ਇਹ ਵੀਡੀਓ ਵਾਇਰਲ ਹੋਈ ਹੈ ਪ੍ਰਗਟ ਸਿੰਘ ਧੂਤ ਕਲਾਂ ਦੀ, ਇਸ ਸੰਬੰਧ ਵਿੱਚ ਇਨਵੈਸਟੀਗੇਸ਼ਨ ਜਿਹੜੀ ਹੈ ਸਬ ਇੰਸਪੈਕਟਰ ਹਰਬੰਸ ਲਾਲ ਖੰਨਾ ਕਰ ਰਹੇ ਨੇ। ਅਤੇ ਜਿਹੜੀ ਉਸ ਸ਼ਖਸ ਜਿਸਨੇ ਵੀਡੀਓ ਬਣਾਈ ਹੈ ਉਸਦੀ ਫੋਟੋ ਲੈ ਕੇ ਅਸੀਂ ਆਲੇ ਦੁਆਲੇ ਸਾਰੇ ਸਰਕੂਲੇਟ ਕੀਤੀਆਂ ਆ, ਅਤੇ ਜਿਸ ਤਰ੍ਹਾਂ ਹੀ ਉਹਨੂੰ ਨਾਮਜ਼ਦ ਕਰਕੇ ਜੋ ਵੀ ਅਗਲੇ ਬਣਦੀ ਹੈ ਕਾਰਵਾਈ ਕੀਤੀ ਜਾ ਰਹੀ ਹੈ। ਕਹਿਰੋਂ ਇਸ ਮਾਮਲੇ ਦੀ ਸਾਰੀ ਸੱਚਾਈ ਤਾਂ ਪੁਲਿਸ ਤਫਤੀਸ਼ ਤੋਂ ਬਾਅਦ ਹੀ ਸਾਫ਼ ਹੋਵੇਗੀ, ਪਰ ਇਹ ਵੀਡੀਓ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਚੁੱਕੀ ਹੈ। ਹੁਸ਼ਿਆਰਪੁਰ ਤੋਂ ਸੁਨੀਲ ਲਾਖਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ।